ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਥੈਂਕ ਯੂ ਸੋ ਮਚ ਬੜਾ ਸਾਰਿਆਂ ਦਾ ਅਸੀਂ ਬਹੁਤ ਦਿਨਾਂ ਬਾਅਦ ਲਾਈਵ ਆਏ ਹਾਂ ਜੀ ਇੱਕ ਥੈਂਕਸ ਕਰਨਾ ਚਾਹਾਂਗੇ ਸਰਗੀ ਦਾ ਤੀਸਰਾ ਵੀਕ ਤੀਸਰਾ ਚੱਲ ਪਿਆ ਹਾਂ ਚੌਥਾ ਚੱਲ ਪਿਆ ਸੌਰੀ ਨਹੀਂ ਤੀਸਰੇ ਦਾ ਸੰਡੇ ਆ ਆਈ ਡੋਨਟ ਨੋ ਪਰ ਬਹੁਤ ਵਧੀਆ ਰਿਪੋਰਟ ਆ ਰਿਹਾ ਬਹੁਤ ਵਧੀਆ ਪੋਜ਼ਿਟਿਵ ਰਿਸਪੌਂਸ ਆ ਸਾਰੇ ਬਹੁਤ ਇੰਜੋਏ ਕਰ ਰਹੇ ਸੋ ਥੈਂਕ ਯੂ ਸੋ ਮਚ ਬੜਾ ਸਾਰਿਆਂ ਦਾ ਇੱਕ ਵਾਰ ਥੈਂਕ ਯੂ ਸੋ ਸੋ ਮਚ ਤੇ ਅੱਜ ਦਾ ਇਹ ਲਾਈਵ ਆ ਜਿਹੜਾ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਆਪਣਾ ਸੰਡੇ ਇੰਜੋਏ ਕਰ ਰਹੇ ਹੋਵੋਗੇ ਪਹਿਲੀ ਗੱਲ ਤਾਂ ਅਸੀਂ ਵੀ ਸੰਡੇ ਇੰਜੋਏ ਕਰਨ ਚੱਲੇ ਆ ਅਸੀਂ ਚੱਲੇ ਕਰਨਾ ਨਹੀਂ ਦੱਸਣਾ ਓਕੇ ਸਾਰੇ ਨਹੀਂ ਦੱਸਣਾ ਅਸੀਂ ਚੱਲੇ ਕਰਨਾਲ ਕ੍ਰਿਕਟ ਖੇਡਣ ਮੈਂ ਦੱਸਣਾ ਸੀ ਨਾ ਅੱਛਾ ਅੱਜ ਦਾ ਜਿਹੜਾ ਇਹ ਲਾਈਵ ਹੈ ਸਪੈਸ਼ਲ ਆ ਬੀਐਮਪੀ ਦੇ ਲਈ ਬਿਕਾਜ਼ ਅਸੀਂ ਸਾਡੇ ਬੀਐਮਪੀ ਦੀ ਫੁੱਲ ਫਾਰਮ ਹੈਗੀ ਆ ਬਾਲੀਵੁੱਡ ਮਿਊਜ਼ਿਕ ਪ੍ਰੋਜੈਕਟ ਜਿਹੜਾ ਕਿ ਏਸ਼ੀਆ ਦਾ ਲਾਰਜੈਸਟ ਬਾਲੀਵੁੱਡ ਮਿਊਜ਼ੀਕਲ ਫੈਸਟੀਵਲ ਹੈ ਠੀਕ ਹੈ ਜੀ ਸੋ ਅਸੀਂ ਦੋਨੇ ਜਣੇ ਉੱਥੇ ਪਰਫਾਰਮ ਕਰ ਰਹੇ ਹਾਂ 26 ਮਾਰਚ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਵਿੱਚ ਦਿੱਲੀ ਦੇ ਵਿੱਚ ਸੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਬਿਕਾਜ਼ ਉੱਥੇ ਬਹੁਤ ਵੱਡੇ ਵੱਡੇ ਆਰਟਿਸਟ ਸਾਰੇ ਪਰਫਾਰਮ ਕਰ ਰਹੇ ਹਾਂ ਜੀ ਬਾਲੀਵੁੱਡ ਦੇ ਅਮਿਤ ਤ੍ਰਿਵੇਦੀ ਵਿਸ਼ਾਲ ਐਂਡ ਸ਼ੇਖਰ ਰੇਖਾ ਭਾਰਤਵਾਜ ਬਾਸ਼ਾ ਰਫਤਾਰ ਤੇ ਮੈਨੀ ਮੋਰ ਮਤਲਬ ਆਪਣੇ ਸਾਰਿਆਂ ਦੇ ਬਹੁਤ ਫੇਵਰੇਟ ਹਾਰਡੀ ਸੰਧੂ ਵੀ ਸਾਡੇ ਨਾਲ ਪਰਫਾਰਮ ਕਰ ਰਿਹਾ ਸੋ ਹਾਰਡੀ 25 ਨੂੰ ਕਰ ਰਿਹਾ ਇਹਨੇ ਅਸੀਂ 26 ਨੂੰ ਕਰ ਰਹੇ ਹਾਂ ਜੀ ਸੋ ਸਾਡੀ ਟੀਮ ਲਈ ਤੇ ਈਵਾਈਪੀ ਲਈ ਤੇ ਬਹੁਤ ਵੱਡੀ ਗੱਲ ਹੈ ਖੁਸ਼ੀ ਦੀ ਤੇ ਤੁਸੀਂ ਸਾਰੇ ਜਣੇ ਜ਼ਰੂਰ ਆਇਓ ਜਸੀ ਵਾਂਟ ਟੂ ਅਸੀਂ ਟਰਾਈ ਕਰਾਂਗੇ ਕਿ ਉੱਥੇ ਕੁਝ ਨਵਾਂ ਕੀਤਾ ਜਾਵੇ ਕਿਉਂਕਿ ਉੱਥੇ ਆਡੀਅੰਸ ਬਹੁਤ ਤਰ੍ਹਾਂ ਦੀ ਆਈ ਹੋਣੀ ਹੈ ਤਰ੍ਹਾਂ ਦੀ ਕਿਉਂਕਿ ਉੱਥੇ ਸਿੰਗਰ ਬਹੁਤ ਨੇ ਬੰਬੇ ਤੋਂ ਵੀ ਪਹੁੰਚੇ ਹੋਣਗੇ ਸੋ ਆਪਣੇ ਵੱਲੋਂ ਅਸੀਂ ਟਰਾਈ ਕਰਾਂਗੇ ਕਿ ਕੁਝ ਐਵੇਂ ਦਾ ਚੀਜ਼ਾਂ ਲੈ ਕੇ ਆਈਏ ਕਿ ਜਿਹੜੀ ਸਾਰੀ ਆਡੀਅੰਸ ਨੂੰ ਵਧੀਆ ਲੱਗਣ ਸਪੈਸ਼ਲੀ ਜਿਹੜੇ ਦਿੱਲੀ ਤੋਂ ਬਾਹਰੋਂ ਵੀ ਲੋਕ ਆਏ ਹੋਣਗੇ ਚਾਹੇ ਪੰਜਾਬ ਦੇ ਪੰਜਾਬੀਆਂ ਲਈ ਤਾਂ ਹੈਗੀ ਆ ਗਾਣੇ ਸੋ ਆਪਣੇ ਵੱਲੋਂ ਟਰਾਈ ਕਰਕੇ ਜਾਵਾਂਗੇ ਕਿ ਪੂਰਾ ਹੋਮਵਰਕ ਕਰਕੇ ਜਾਵਾਂਗੇ ਕਿ ਕਿਹਨਾਂ ਕਿਹਨਾਂ ਲਈ ਕਿਹੜੇ ਕਿਹੜੇ ਗਾਣੇ ਗਾਉਣੇ ਆ ਬਿਲਕੁਲ ਕਿਉਂਕਿ ਪੰਜਾਬੀ ਮਿਊਜ਼ਿਕ ਹੈ ਜਿਹੜਾ ਵੈਸੇ ਤਾਂ ਆਡੀਅੰਸ ਟਾਈਪ ਦਾ ਕੋਈ ਮੁਹਤਾਜ ਨਹੀਂ ਬਿਕਾਜ਼ ਬਾਲੀਵੁੱਡ ਦੇ ਵਿੱਚ ਆਲਰੇਡੀ ਪੰਜਾਬੀ ਮਿਊਜ਼ਿਕ ਬਹੁਤ ਹੋਵਾ ਪਰ ਨੌਨ ਪੰਜਾਬੀ ਆਡੀਅੰਸ ਲਈ ਵੀ ਅਸੀਂ ਕੁਛ ਖਾਸ ਤਿਆਰ ਕਰ ਰਹੇ ਹਾਂ ਸੋ ਆਪਾਂ ਸਾਰੇ ਮਿਲਾਂਗੇ 26 ਮਾਰਚ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਵਿੱਚ ਬਾਲੀਵੁੱਡ ਮਿਊਜ਼ਿਕ ਬੀਐਮਪੀ ਬਾਲੀਵੁੱਡ ਮਿਊਜ਼ਿਕ ਪ੍ਰੋਜੈਕਟ ਤੇ ਹੋਰ ਕੋਈ ਨਵੀਂ ਤਾਜ਼ੀ ਗੱਲਬਾਤ ਤਾਂ ਕੋਈ ਦੱਸਣੀ ਹੋਵੇ ਕੋਈ ਕਰਨੀ ਹੋਵੇ ਨਵੀਂ ਤਾਜ਼ੀ ਬਸ ਅਗਲੀ ਵਾਰ ਆਵਾਂਗੇ ਫਿਰ ਦੱਸ ਹਾਂ ਉਹਦੇ ਅਸੀਂ ਅਗਲੀ ਵਾਰੀ ਆਵਾਂਗੇ ਸੋ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇਨ ਐਡਵਾਂਸ ਵੈਰੀ ਹੈਪੀ ਹੋਲੀ ਸਾਰਿਆਂ ਨੂੰ ਲਵ ਯੂ